ਗਰਮੀ ਦੇ ਵਿੱਚ ਬੰਦੇ ਕੰਮ 'ਤੇ ਲੱਗੇ ਨੇ ਅਤੇ ਉਹ ਵੇਖੋ ਕਚਰਾ ਲੈ ਕੇ ਆਉਣ ਡਿਆ ਉਸਤਾਦ ਅਤੇ ਗੱਡੀ 'ਤੇ ਲੱਦਣ ਡਿਆ ਵੇ। ਉਹ ਦੁਪਹਿਰ ਬੜੀ ਲੱਗੀ ਜੇ, ਆਰਾਮ ਕਰੋ। ਅਤੇ ਮੈਂ ਵੀ ਇੱਧਰ ਹੀ ਲੱਗਾ ਵਾਂ ਕੰਮ 'ਤੇ, ਧੁੱਪੇ ਇੱਥੇ ਬਾਹਰ ਅਤੇ ਇੱਧਰ ਡਿਆਂ ਰੰਗ ਕਰਨ। ਇਹ ਵੇਖਿਆ ਬਾਰੀ ਡਿਆਂ ਰੰਗ ਕਰਨ, ਪੌੜੀ ਲੱਗੀ ਹੈ ਅਤੇ ਉਹ ਗ੍ਰਿਲ ਘਰ ਛੱਡੀ ਆ। ਅਤੇ ਹੁਣ ਜਿਹੜਾ ਨਾ ਬੰਦੇ ਵੀ ਇੱਧਰ ਲੱਗੇ ਨੇ, ਧੁੱਪੇ ਵੀ ਡਏ ਨੇ ਕੰਮ ਕਰਨ। ਉਹ ਨਾਲ ਟਰੈਕਟਰ ਟਰਾਲੀਆਂ ਵਾਲੇ ਨੇ, ਉਹ ਪਰਾਂ ਲੱਗੇ, ਉਹ ਵੀ ਗਰਮੀ 'ਚ ਲੱਗੇ ਨੇ ਵਿਚਾਰੇ। ਅਤੇ ਇੱਧਰ ਹੈ ਜੇ ਲੱਗੇ ਉਸਤਾਦ ਹੋਰੀ ਦੋ, ਆ ਦੋਵੇਂ ਪਠਾਨ ਨੇ, ਕਿਉਂਕਿ ਗਰਮੀ ਹੈ, ਗਰਮੀ 'ਚ ਭਾਵੇਂ ਜੋ ਮਰਜ਼ੀ ਹੋਈਏ ਕੰਮ ਤਾਂ ਕਰਨਾ ਹੀ ਕਰਨਾ ਵੇ। ਅਤੇ ਅਸੀਂ ਵੀ ਲੱਗੇ ਹਾਂ ਅਤੇ ਇਹ ਵੀ ਡਏ ਨੇ ਕਰਨ ਕੰਮ। ਉਹ ਪਰਲੇ ਘਰੋਂ ਚੁੱਕ ਕੇ ਲਿਆਉਣ ਡਏ ਨੇ, ਉਹ ਬੂਹਾ ਵੀ ਇੱਥੋਂ ਦੀ ਆਉਂਦੇ ਨੇ। ਅਤੇ ਇਹ ਗੱਡੀ 'ਤੇ ਵੇਖਿਆ ਪੌੜੀ ਇਹਨਾਂ ਲਾਈ ਹੈ, ਪੌੜੀ 'ਤੇ ਤਾਂ ਚੜ੍ਹ ਕੇ ਅਤੇ ਆਪਣਾ ਕੰਮ ਡਏ ਨੇ ਕਰਨ। ਇਹ ਉਹਨੇ ਪੌੜੀ ਲਾਈ ਹੈ ਤਾਂ ਚੜ੍ਹਨ ਅਤੇ ਗੱਡੀ ਵਾਸਤੇ ਸਕਰੈਪ ਹੈ, ਅਤੇ ਉਹ ਗੱਡੀ 'ਤੇ ਲੱਦਣ ਡਏ ਨੇ, ਫਿਰ ਇਹਨਾਂ ਵੇਚਣ ਜਾਣਾ ਵੇ। ਅਤੇ ਧੁੱਪ ਗਰਮੀ ਬੜੀ ਹੈ ਅਤੇ ਮਿਹਨਤ ਤਾਂ ਤੁਹਾਨੂੰ ਪਤਾ ਕਰਨੀ ਪੈਂਦੀ ਹੈ। ਅਤੇ ਉਸਤਾਦ ਹੋਰੀ ਵੇਖਿਆ ਚੜ੍ਹਨਗੇ, ਹੁਣ ਪੰਡ ਚੁੱਕੀ ਹੈ ਸਿਰ 'ਤੇ ਇਹਨਾਂ ਪੌੜੀ 'ਤੇ ਉੱਥੋਂ ਦੀ ਚੜ੍ਹਨਾ। ਪੈਸੇ ਐਡੇ ਸੌਖੇ ਨਹੀਂ ਕਮਾਏ ਜਾਂਦੇ, ਬੜੀ ਮਿਹਨਤ ਕਰਨੀ ਪੈਂਦੀ ਅਤੇ ਫਿਰ ਜਾ ਕੇ ਬੰਦਾ ਪੈਸੇ ਕਮਾਉਂਦਾ ਵੇ। ਇਹ ਵੇਖਿਆ ਅਤੇ ਲੱਗੇ ਇਹਨੇ ਵਿਚਾਰੇ ਗਰਮੀ ਦੇ ਵਿੱਚ ਕੰਮ ਕਰਨ, ਅਤੇ ਉਹਨਾਂ ਹੁਣ ਉੱਤੇ ਭੰਡ ਸੁੱਟ ਲਈਏ, ਸਾਰੀ ਗੱਡੀ ਲੋਡ ਕਰਕੇ ਅਤੇ ਫਿਰ ਇਹਨਾਂ ਖੜ੍ਹਨੀ ਹੈ। ਜੂ ਉਸਤਾਦ ਉਸਤਾਦ ਦੇ ਵੇਖ ਲਓ ਕੱਪੜੇ ਭਿੱਜ ਗਏ ਨੇ ਪਸੀਨੇ ਦੇ ਨਾਲ ਵਿਚਾਰੇ ਦੇ, ਇੰਨੀ ਧੁੱਪ ਲੱਗੀ ਹੈ, ਧੁੱਪ ਦੇ ਕੰਮ ਕਰਨ ਡਿਆ ਵੇ। ਅਤੇ ਹੁਣ ਫਿਰ ਚੱਲਿਆ ਵਿਚਾਰਾ ਭੰਡ ਲੈਣ, ਕੰਮ ਉਹਨਾਂ ਦਾ ਮੁੱਕ ਗਿਆ ਵੇ। ਅਤੇ ਹੁਣ ਉਹਨਾਂ ਪੌੜੀ ਛੋੜੀ ਸਾਂਭ ਕੇ ਨਾ ਅਤੇ ਗੱਡੀ 'ਤੇ ਧਰ ਲਈਏ, ਅਤੇ ਬੰਦਾ ਧੁੱਪੇ ਬਹਿ ਰਿਹਾ ਵਿਚਾਰਾ ਗੱਡੀ ਦੇ ਉੱਤੇ, ਅਤੇ ਉਹ ਮੈਂ ਤੁਹਾਨੂੰ ਵਹਾਨਾ ਵਾਂ। ਉਹ ਵੇਖਿਆ ਪੌੜੀ ਛੋੜੀ ਸਾਂਭ ਕੇ ਨਾ, ਸਮਾਨ ਉਹਨਾਂ ਸਕਰੈਪ ਲਾਦ ਲਿਆ ਸਾਰਾ ਭੰਡਾ, ਅਤੇ ਹੁਣ ਵਿਚਾਰਾ ਉੱਤੇ ਬੈਠਾ ਵੇ ਡਰਾਈਵਰ ਦਾ ਵੇਟ ਕਰਨ ਡਿਆ, ਅਤੇ ਡਰਾਈਵਰ ਆਏਗਾ ਅਤੇ ਫਿਰ। ਅਤੇ ਸਾਜ ਉਹਨੂੰ ਆਵਾਜ਼ ਮਾਰ ਲਓ, ਉਹਨੂੰ ਆਹ ਆਈ ਆ ਗਰਮੀ ਬੜੀ ਆ, ਗਰਮੀ ਵਿਚਾਰਨ ਲੱਗੀ ਆ, ਧੁੱਪ ਵੀ ਬੜੀ ਆ, ਅਤੇ ਡਰਾਈਵਰ ਸਾਹਿਬ ਹੋਰੀ ਆ ਉਹ ਉੱਥੇ ਵੜ ਕੇ ਅਤੇ ਬਹਿ ਰਹੇ ਨੇ, ਅਤੇ ਉਹਨੇ ਸਮਾਨ ਸਮੂਨ ਪੂਰਾ ਸਾਂਭ ਲਿਆ ਗੱਡੀ 'ਤੇ ਲੱਦ ਲਿਆ ਵੇ। ਅਤੇ ਹੁਣ ਜਿਹੜਾ ਨਾ ਉਹ ਚੱਲੇ ਨੇ, ਡਰਾਈਵਰ ਆ ਗਿਆ, ਗੱਡੀ ਉਹਨੇ ਸਟਾਰਟ ਕਰ ਲਈ ਹੈ, ਅਤੇ ਹੁਣ ਵਿਚਾਰੇ ਲੱਦ ਕੇ ਸਮਾਨ 'ਤੇ ਤੁਰ ਗਏ ਨੇ। ਇਹ ਵੇਖਿਆ ਗੱਡੀ ਤੁਰ ਗਈ ਹੈ, ਇਹਨਾਂ ਹੀ ਸ਼ਹਿਰ ਜਾਣਾ, ਸਮਾਨ ਖੜਨਾ ਵੇ ਇਹਨਾਂ ਨੇ। ਅਤੇ ਸਾਡਾ ਅੱਜ ਦਾ ਵਲੌਗ ਇੱਥੇ ਖਤਮ ਹੁੰਦਾ ਵੇ, ਤੁਹਾਨੂੰ ਮਿਲਾਂਗੇ ਇਨਸ਼ਾਅੱਲਾ ਨੈਕਸਟ ਨਿਊ ਵਲੌਗ 'ਤੇ। ਫਿਰ ਅੱਲਾਹ ਹਾਫਿਜ਼।